ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ੋਰਟ ਟਰਮ ਦੇ ਸਕੋਪ ਬਾਰੇ। ਸਟੂਡੈਂਟ ਮੈਨੂੰ ਮੈਸੇਜ ਕਰ ਰਹੇ ਆ ਡੇਲੀ, ਸਾਡੇ ਨਾਲ ਗੱਲਬਾਤ ਹੁੰਦੀ ਸਟੂਡੈਂਟ ਸੀ, ਕਹਿੰਦੇ ਵੀ ਸਰ ਜਿਵੇਂ ਲੋਕਾਂ ਨੇ ਪਹਿਲਾਂ ਬੀਐਡ ਕਰ ਕਰਕੇ ਲੱਖਾਂ ਲੋਕ ਹਰੇਕ ਘਰੇ ਕੁੜੀ ਨੇ ਬੀਐਡ ਕਰ ਲਈ ਆ, ਈਟੀਟੀ ਕਰ ਲਈ ਆ, ਬੀਟੈਕ ਕਰ ਲਈ ਆ, ਐਮਐਸਸੀ ਕਰ ਲਈ, ਬੀਐਸਸੀ ਕਰਕੇ ਲੋਕ ਘਰੇ ਬੈਠੇ ਜਾਂਦੇ ਆ। ਇੱਦਾਂ ਹੀ ਹੋਵੇਗਾ ਜਦੋਂ ਹੁਣ ਅਸੀਂ ਸਟੈਨੋ ਕਰਨ ਲੱਗੇ ਹਾਂ ਅਤੇ ਸਾਡੇ ਵਾਰੀ ਸਟੈਨੋ ਦਾ ਵੀ ਇੱਦਾਂ ਹੀ ਹਾਲ ਹੋਵੇ ਵੀ ਸਾਰੀ ਦੁਨੀਆ ਹੁਣ ਸਟੈਨੋ ਕਰਨ ਲੱਗ ਪਈ ਆ, ਅਤੇ ਕਿਤੇ ਇਹ ਨਾ ਹੋਵੇ ਸਾਡੇ ਵਾਰੀ ਜਦੋਂ ਜੋਬ ਮਿਲਣੀ ਆ ਅਤੇ ਉਦੋਂ ਸਟੈਨੋ ਦਾ ਵੀ ਸਕੋਪ ਖਤਮ ਹੋ ਜਾਵੇ, ਦੁਨੀਆ ਜ਼ਿਆਦਾ ਹੋ ਜਾਵੇ। ਪਰ ਇੱਦਾਂ ਕਦੇ ਨਹੀਂ ਹੁੰਦਾ। ਸ਼ੋਰਟ ਹੈਂਡ ਇਹ ਉਹ ਪੜ੍ਹਾਈ ਨਹੀਂ ਹੈਗੀ ਵੀ 3 ਸਾਲ ਲਾਓ ਅਤੇ ਡਿਗਰੀ ਲੈ ਲਓ ਸਟੈਨੋ ਦੀ, ਠੀਕ ਆ। ਉਹ ਅਸੀਂ ਵੀ ਬੀਐਡ ਕੀਤੀ ਆ, ਪਹਿਲਾਂ ਤਾਂ ਡਰਸ਼ ਟਸ਼ਟ ਲੈਂਦੇ ਸੀਗੇ ਬੀਐਡ ਵਾਸਤੇ, ਹੁਣ ਡਾਇਰੈਕਟ ਪ੍ਰਾਈਵੇਟ ਕਾਲਜ ਖੁੱਲ੍ਹਣ ਕਰਕੇ ਬੀਐਡ ਨੋਰਮਲ ਹੀ ਹੋ ਗਈ ਸੀਗੀ। ਹਰੇਕ ਬੰਦਾ ਪੈਸੇ ਦਿੰਦਾ ਸੀ ਅਤੇ ਡਿਗਰੀ ਕਰ ਲੈਂਦਾ ਸੀਗਾ ਜਦੋਂ ਉਸ ਟਾਈਮ 'ਤੇ ਜੋਬ ਮਿਲਦੀ ਸੀਗੀ ਅਤੇ ਲੋਕਾਂ ਨੇ ਡਿਗਰੀਆਂ ਕਰ ਲਈਆਂ। ਅਤੇ ਹੁਣ ਜਿਵੇਂ ਸ਼ੋਰਟ ਟਰਮ ਵਿੱਚ ਜੋਬ ਦਾ ਸਕੋਪ ਕਾਫੀ ਹੈ, ਇਸ ਕਰਕੇ ਲੋਕ ਇੱਧਰ ਨੂੰ ਆ ਰਹੇ ਆ, ਪਰ ਲੋਕਾਂ ਨੂੰ ਜਿਹੜੇ ਆ ਰਹੇ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਕੋਪ ਹੈ ਕਿਉਂ, ਸ਼ੋਰਟ ਟਰਮ ਦਾ ਸਕੋਪ ਹੈ ਕਿਉਂ ਹੈ। ਉਹਦਾ ਕਾਰਨ ਇਹ ਪੜ੍ਹਾਈ ਦੂਜੀਆਂ ਪੜ੍ਹਾਈਆਂ ਵਰਗੀ ਪੜ੍ਹਾਈ ਨਹੀਂ ਹੈਗੀ ਵੀ 3 ਸਾਲ ਲਾਓ ਅਤੇ ਡਿਗਰੀ ਲੈ ਲਓ ਅਤੇ ਜੋਬ ਲੱਗ ਜਾਓ, ਠੀਕ ਹੈ। ਇਹਦੇ ਵਿੱਚ ਤਾਂ ਸਕਿੱਲ ਆ, ਸਰਕਾਰ ਨੇ ਤੁਹਾਡੇ ਹੱਥਾਂ ਵਿੱਚ ਜੋਗਣਾ ਹੈਗਾ, ਤੁਹਾਨੂੰ ਕੀ ਹੁੰਦਾ ਉਹ ਦੇਖਣਾ ਹੈਗਾ, ਮੌਕੇ 'ਤੇ ਵੇਖਣਾ। ਇਹਦੇ ਵਿੱਚ ਅਮੀਰ ਗਰੀਬ ਦਾ ਕੋਈ ਚੱਕਰ ਨਹੀਂ ਹੈਗਾ, ਠੀਕ ਹੈ। ਇਹ ਨਹੀਂ ਹੈ ਅਮੀਰਾਂ ਦੀ ਪੜ੍ਹਾਈ ਆ ਅਤੇ ਅਮੀਰ ਕਰ ਲੈਣਗੇ ਅਤੇ ਗਰੀਬ ਰਹਿ ਜਾਣਗੇ। ਇਹਦੇ ਵਿੱਚ ਜਿਹੜਾ ਬੰਦਾ ਮਿਹਨਤੀ ਹੋਇਆ, ਜਿਹਦੇ ਕੋਲ ਨੌਲੇਜ ਹੋਈ, ਜਿਹੜਾ ਹਾਰਡਵਰਕ ਕਰ ਸਕਦਾ ਹੋਇਆ, ਜੋਬ ਉਸੇ ਬੰਦੇ ਨੂੰ ਮਿਲਣੀ ਆ। ਬਾਕੀ ਥੋੜ੍ਹੇ ਟਾਈਮ ਲਈ ਹੈਗੇ ਆ, ਥੋੜ੍ਹਾ ਜਿਹਾ ਹੁਣ ਗੈਪ ਪੈ ਰਿਹਾ, ਪੋਸਟਾਂ ਨਹੀਂ ਆ ਰਹੀਆਂ ਸੀਗੀਆਂ, ਜਿਹੜੇ ਬੰਦੇ ਥੋੜ੍ਹੇ ਜਿਹੇ ਕਮਜ਼ੋਰ ਦਿਲ ਦੇ ਹੈਗੇ ਆ ਉਹ ਹੌਲੀ ਹੌਲੀ ਭੱਜ ਜਾਣੇ ਆ, ਠੀਕ ਆ। ਉਹ ਜਿਹੜੀ ਇੰਨੀ ਇੱਕ ਤਾਂ ਇੰਨੀ ਪੜ੍ਹਾਈ ਆਪਣੀ ਜਿਹੜੀ ਕਰ ਰਿਹਾ ਉਹਨੂੰ ਪਤਾ ਹੀ ਆ ਕਿਸ ਤਰ੍ਹਾਂ ਦੀ ਪੜ੍ਹਾਈ ਹੈਗੀ ਆ, ਇਹਦੇ ਵਿੱਚ ਟਿਕਣਾ ਸੌਖਾ ਨਹੀਂ ਹੈਗਾ, ਬਹੁਤ ਬੋਰਿੰਗ ਪੜ੍ਹਾਈ ਹੈ ਸਾਡੀ, ਠੀਕ ਆ। ਭਾਵੇਂ ਉਹ ਟਾਈਪਿੰਗ ਕਰ ਲਓ, ਭਾਵੇਂ ਸਟੈਨੋਗ੍ਰਾਫੀ ਕਰ ਲਓ, ਇੰਗਲਿਸ਼ ਕੰਪਿਊ ਕੋਈ ਵੀ ਕਰ ਲਓ, ਦੋਨੇ ਹੀ ਬੋਰਿੰਗ ਪੜ੍ਹਾਈਆਂ ਹੈਗੀਆਂ, ਠੀਕ ਹੈ। ਲੋਕ ਭਾਲਦੇ ਆ ਇੰਟਰਸਟਿੰਗ ਵੀ ਮਾਊਸ ਫੜਿਆ ਕੰਪਿਊਟਰ 'ਤੇ ਹਲਾਈ ਜਾ ਰਿਹਾ, ਕੁਛ ਆਊਟਪੁੱਟ ਆ ਰਹੀ ਹੈ, ਇਹਦੇ ਵਿੱਚ ਕੋਈ ਆਊਟਪੁੱਟ ਨਹੀਂ ਆਉਂਦੀ, ਠੀਕ ਹੈ। ਬੰਦਾ ਥੋੜ੍ਹੇ ਟਾਈਮ ਬਾਅਦ ਬੋਰ ਹੋ ਕੇ ਹਟ ਜਾਂਦਾ ਆ। ਇਸ ਪੜ੍ਹਾਈ ਵਿੱਚ ਬੰਦਾ ਸਿਰਫ ਉਹੀ ਟਿਕੇਗਾ ਜਿਹਨੂੰ ਘਰੋਂ ਕੋਈ ਪ੍ਰੋਬਲਮ ਹੈਗੀ ਆ, ਫਾਈਨੈਂਸ਼ੀਅਲੀ ਪ੍ਰੋਬਲਮ ਹੈਗੀ ਆ। ਜਿਹਨੂੰ ਫਾਈਨੈਂਸ਼ੀਅਲੀ ਪ੍ਰੋਬਲਮ ਨਹੀਂ ਹੈਗੀ, ਬੈਕਗ੍ਰਾਉਂਡ ਚੰਗੀ ਹੈਗੀ ਹੈ, ਉਹ ਪੈਸੇ ਦਊਗਾ ਅਤੇ ਕੈਨੇਡਾ ਜਾਊਗਾ, ਠੀਕ ਹੈ। ਜਿਹੜੇ ਬੰਦੇ ਇੱਥੇ ਮਿਹਨਤ ਕਰਨ ਵਾਲੇ ਹੈਗੇ ਆ ਉਹਨਾਂ ਨੂੰ ਜੋਬ ਮਿਲਣੀ ਆ। ਜਿਹੜੇ ਦੇਖੋ ਵੇਖੀ ਲੋਕਾਂ ਪਿੱਛੇ ਵੀ ਹਾਂ ਸਟੈਨੋ ਕਰ ਲਓ ਵੀ ਜੋਬ ਮਿਲ ਜਾਂਦੀ ਆ, ਇੱਧਰ ਆ ਰਹੇ ਆ ਉਹ ਥੋੜ੍ਹੇ ਟਾਈਮ ਬਾਅਦ ਭੱਜ ਜਾਣੇ ਆ। ਇਸ ਕਰਕੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਤੁਸੀਂ ਆਪ ਤਾਂ ਮਿਹਨਤ ਕਰਦੇ ਰਹਿਣਾ ਹੈਗਾ, ਡਟੇ ਰਹਿਣਾ ਹੈਗਾ, ਜੋਬ ਤੁਹਾਨੂੰ ਮਿਲਣੀ ਮਿਲਣੀ ਆ, ਮੇਰੇ ਵੱਲੋਂ ਫੁੱਲ ਗਰੰਟੀ ਆ। ਮੈਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ ਵੇਖਿਆ ਜਿਹੜਾ ਕਹਿੰਦਾ ਮੈਂ ਸਟੈਨੋ ਕਰਕੇ ਛੱਡੀ ਹੋਈ ਹੈ ਅਤੇ ਮੈਨੂੰ ਜੋਬ ਨਹੀਂ ਮਿਲੀ, ਮੈਂ ਬਹੁਤ ਮਿਹਨਤ ਕੀਤੀ, ਮੇਰੀ ਬਹੁਤ ਸਪੀਡ ਸੀਗੀ, ਮੈਂ ਬਹੁਤ ਪਰਫੈਕਟ ਸੀਗਾ। ਇਹਦੇ ਵਿੱਚ ਛੱਡੂਗਾ ਉਹ ਬੰਦਾ ਜਿਹੜਾ ਇਹਨੂੰ ਕਰ ਨਹੀਂ ਸਕਦਾ, ਜੋਬ ਨਹੀਂ ਮਿਲਦੀ ਇਸ ਕਰਕੇ ਨਹੀਂ ਛੱਡ ਰਿਹਾ, ਇਸ ਕਰਕੇ ਛੱਡ ਗਿਆ। ਇਸ ਤਰ੍ਹਾਂ ਦਾ ਬੰਦਾ ਮੈਨੂੰ ਬੁਲਾਓ ਜਿਹੜਾ ਕਹਿੰਦਾ ਵੀ ਮੈਂ ਇਸ ਕਰਕੇ ਛੱਡੀ ਮੈਨੂੰ ਜੋਬ ਨਹੀਂ ਮਿਲੀ। 100% ਰਿਜ਼ਲਟ ਆ ਜਿਹੜਾ ਬੰਦਾ ਐਂਡ ਤੱਕ ਪਹੁੰਚਦਾ ਹੈਗਾ, ਮਿਹਨਤ ਕਰਦਾ, ਪੇਪਰ ਦਿੰਦਾ, ਉਹ ਜੋਬ ਲੱਗਦਾ ਹੀ ਲੱਗਦਾ ਹੈਗਾ, ਠੀਕ ਹੈ। ਜਿਹੜਾ ਪੇਪਰ ਤੱਕ ਹੀ ਨਾ ਪਹੁੰਚਿਆ ਵੀ ਹੁਣ ਪੋਸਟਾਂ ਨਹੀਂ ਆ ਰਹੀਆਂ ਤਾਂ ਛੱਡ ਦਿਓ, ਅਤੇ ਵੀ ਚਲੋ ਜਦੋਂ ਪੋਸਟ ਆਉਣਗੀਆਂ ਫਿਰ ਆਪਾਂ ਸਟਾਰਟ ਕਰ ਲਾਂਗੇ, ਠੀਕ ਹੈ। ਇੱਦਾਂ ਹੋਣਾ ਹੀ ਨਹੀਂ ਆ। ਜਿਹੜੇ ਇਸ ਟਾਈਮ ਬੈਠੇ ਹੋਏ ਉਹ ਤਿਆਰ ਆ ਅਤੇ ਉਹਨਾਂ ਨੇ ਹੋਰ ਤਿਆਰ ਹੋ ਜਾਣਾ, ਉਹ ਪਰਫੈਕਟ ਹੋ ਜਾਣੇ, ਬੈਸਟ ਹੋ ਜਾਣੇ ਪੰਜਾਬ ਦੇ ਵਿੱਚੋਂ, ਜੋਬ ਉਹਨਾਂ ਬੰਦਿਆਂ ਨੂੰ ਮਿਲਣੀ ਜਿਹੜੇ ਕੰਟੀਨਿਊ ਹੈਗੇ ਆ। ਬਾਕੀ ਜਿਹੜੇ ਥੋੜ੍ਹੇ ਟਾਈਮ ਵਾਸਤੇ ਆਏ ਹੋਏ ਆ, ਇੱਕ ਤਾਂ ਪੇਪਰ ਲੰਘ ਗਿਆ ਅਤੇ ਫਿਰ ਸ਼ਾਂਤੀ ਹੋ ਜਾਣੀ ਆ। ਇਸ ਕਰਕੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਆਪਦਾ ਲੱਗੇ ਰਹੋ, ਜੋਬ ਮਿਲਣੀ ਮਿਲਣੀ ਆ ਜਿਹੜੇ ਬੰਦੇ ਮਿਹਨਤੀ ਹੈਗੇ ਆ, ਠੀਕ ਹੈ। ਜਦੋਂ ਥੋੜ੍ਹਾ ਜਿਹਾ ਪਿੱਛੋਂ ਕੋਈ ਸਪੋਰਟ ਮਿਲ ਜਾਂਦੀ ਆ, ਜਿਵੇਂ ਹੁਣ PSPCL ਦੀਆਂ ਪੋਸਟਾਂ ਹੁਣ ਆਈਆਂ ਹੋਈਆਂ, ਲੋਕ ਹੁਣ ਉੱਧਰ ਨੂੰ ਭੱਜ ਪਏ ਵੀ ਰਿਟਰਨ ਦੀ ਤਿਆਰੀ ਕਰ ਲੈਂਦੇ ਆ, ਠੀਕ ਹੈ। ਤੁਹਾਡੀ ਲਾਈਨ ਫਿਰ ਵੀ ਖਾਲੀ ਹੈਗੀ ਆ, ਤੁਹਾਡੇ ਵੱਲ ਬੰਦੇ ਫਿਰ ਉੱਥੇ ਘੱਟ ਜਾਣੇ ਆ, ਠੀਕ ਹੈ। ਇਸ ਕਰਕੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਜਿਹਦੇ ਕੋਲ ਪੈਸਾ ਹੈਗਾ ਨਾ ਉਹਨੇ ਇੱਥੋਂ ਨਿਕਲ ਜਾਣਾ ਥੋੜ੍ਹੇ ਟਾਈਮ ਬਾਅਦ, ਜਦੋਂ ਥੋੜ੍ਹਾ ਗੈਪ ਪੈਗਾ ਨਾ, ਇਸ ਕਰਕੇ ਉਹਨੇ ਭੱਜ ਹੀ ਜਾਣਾ ਵੀ ਛੱਡੋ ਖੜਾ ਯਾਰ, ਇੱਧਰ ਬਹੁਤ ਮਿਹਨਤ ਕਰਨੀ ਪੈ ਰਹੀ ਆ, ਪੈਸਾ ਦਿਓ ਅਤੇ ਕੋਈ ਹੋਰ ਕੋਰਸ ਕਰਦੇ ਹਾਂ, ਠੀਕ ਹੈ। ਸ਼ਾਇਦ ਉਹ 'ਚ ਸਕੋਪ ਹੋਵੇ। ਆਪਣੇ ਵੈਸੇ ਪੰਜਾਬੀਆਂ ਦਾ ਕਿ ਸਾਰੇ ਪੂਰੇ ਇੰਡੀਆ ਦਾ ਹੀ ਹਾਲ ਆ, ਥੋੜ੍ਹਾ ਜਿਹਾ ਪੇਸ਼ੈਂਸ ਹੈ ਨਹੀਂ ਬੰਦਿਆਂ ਵਿੱਚ, ਆਪਣਿਆਂ ਵਿੱਚ ਥੋੜ੍ਹਾ ਟਾਈਮ ਪੈਂਦਾ ਆ, ਗੈਪ ਪੈਂਦਾ ਆ, ਥੋੜ੍ਹਾ ਜਿਹਾ ਡਗਮਗਾਉਂਦਾ ਆ ਅਤੇ ਸਿਸਟਮ, ਅਤੇ ਬੰਦਾ ਉਹਦੇ ਕਹਿੰਦਾ ਵੀ ਲਾਈਨ ਚੇਂਜ ਕਰੀਏ ਕਿਤੇ ਹੋਰ ਪਾਸੇ ਵੜੀਏ। ਪਰ ਜਿਹੜਾ ਬੰਦਾ ਟਿਕਿਆ ਰਿਹਾ ਹੈਗਾ, ਮਨ ਨੂੰ ਮਾਰ ਕੇ ਲੱਗਾ ਰਿਹਾ, ਉਹਨੂੰ ਜੋਬ ਮਿਲਣੀ ਮਿਲਣੀ ਆ। ਜਿਹਨੇ ਬੀਐਡ ਕਰ ਲਈ ਆ, ਐਮਏ ਕਰ ਲਈ, ਬੀਟੈਕ ਕਰ ਲਈ ਹੈਗੀ ਆ, ਉਸ ਤੋਂ ਬਾਅਦ ਇਸ ਲਾਈਨ ਦੇ ਵਿੱਚ ਆਇਆ, ਅੱਕ ਹਾਰ ਕੇ ਸਾਰੀਆਂ ਲਾਈਨਾਂ ਨੂੰ ਟਰਾਈ ਕਰਨ ਤੋਂ ਬਾਅਦ, ਠੀਕ ਹੈ, ਉਹਨੂੰ ਜੋਬ ਮਿਲਣੀ ਮਿਲਣੀ ਆ। ਜਿਹਨੇ ਹਾਲੇ ਲਾਈਨਾਂ ਟਰਾਈ ਨਹੀਂ ਨਾ ਕੀਤੀਆਂ, ਉਹ ਥੋੜ੍ਹੇ ਟਾਈਮ ਪਰ ਭੱਜੂਗਾ, ਕਹਿੰਦਾ ਵੀ ਉੱਧਰ ਠੀਕ ਆ ਕੰਮ, ਇਹਦਾ ਤਾਂ ਬਹੁਤ ਔਖਾ ਕੰਮ ਆ, ਉਹ ਉੱਧਰ ਭੱਜੂਗਾ। ਇਸ ਕਰਕੇ ਜਿਹੜਾ ਬੰਦਾ ਉੱਧਰੋਂ ਛੱਡ ਕੇ ਉਹਨਾਂ ਲਾਈਨਸ ਨੂੰ ਆਇਆ, ਉਹ ਇੱਥੇ ਕਾਮਯਾਬ ਹੋਊਗਾ। ਗਰੀਬ ਆ, ਪੈਸਾ ਨਹੀਂ ਹੈਗਾ ਘਰੋਂ, ਉਹਨੂੰ ਪਿੱਛੋਂ ਸਪੋਰਟ ਨਹੀਂ ਹੈਗੀ ਵੀ ਹਾਂ ਜੀ ਪੈਸਾ ਲਾਓ ਅਤੇ ਕੈਨੇਡਾ ਜਾ ਵੜਾਂਗੇ, ਠੀਕ ਹੈ, ਜਾਂ ਪੈਸਾ ਦੇ ਕੇ ਆਪਾਂ ਕੋਈ ਹੋਰ ਕੋਰਸ ਕਰ ਲਾਂਗੇ ਵੱਡਾ ਵੀ ਆਪਾਂ ਜੋਬ ਜਲਦੀ ਮਿਲ ਜੂਗੀ। ਜਾਂ ਤਾਂ ਬਹੁਤ ਇੰਟੈਲੀਜੈਂਟ
ਉਹਨੂੰ ਮਿਲਣੀ ਮਿਲਣੀ ਹੈਗੀ ਆ। ਸਾਰਾ ਕੁਛ ਛੱਡਣਾ ਪੈਣਾ, ਸਾਰਾ ਕੁਛ ਤਿਆਗ ਕੇ ਮੈਂ ਸਟੈਨੋਗ੍ਰਾਫਰ ਹੀ ਬਣਨਾ ਜਾਂ ਧਾਰਨਾ ਪੈਣਾ, ਜੋਬ ਤਾਂ ਮਿਲਣੀ ਆ। ਇਹ ਨਹੀਂ ਹੈਗਾ ਕੋਰਸ ਕਰ ਰਹੇ ਹਾਂ, ਡੇਲੀ ਡਿਕਟੇਸ਼ਨ ਲਿਖ ਰਹੇ ਹਾਂ, ਸੈਂਟਰ ਆ ਰਹੇ ਹਾਂ ਜਾ ਰਹੇ ਹੈਗੇ ਹਾਂ, ਜੋਬ ਮਿਲ ਜੂਗੀ। ਇੱਦਾਂ ਨਹੀਂ ਜੋਬ ਮਿਲਣੀ ਤੁਹਾਨੂੰ, ਬਸ ਤੁਹਾਡੇ ਦਿਮਾਗ 'ਚ ਇਹੀ ਮੈਂ ਸਟੈਨੋ ਹੀ ਬਣਨਾ ਹੈ। ਤੁਹਾਡੇ ਜਿੱਥੇ ਤੁਸੀਂ ਰੂਮ 'ਚ ਬੈਠੇ ਹੋਏ ਆ ਉਹਦੇ ਸਾਹਮਣੇ ਲਿਖ ਕੇ ਲਾ ਲਓ, ਫਰੇਮ ਕਰਕੇ ਫੋਟੋ ਲਾ ਲਓ ਵੀ ਮੈਂ ਸਟੈਨੋ ਬਣਨਾ ਹੈ, ਕਿੰਨੀ ਤਰੀਕ ਨੂੰ ਬਣਨਾ ਹੈ, ਕਿੰਨੀ ਮਿਹਨਤ ਕਰਨੀ ਹੈ, ਉਹਦੇ ਲਈ ਕੀ ਕਰਨਾ ਪਊਗਾ, ਉਹਦਾ ਨੋਟ ਰੱਖੋ ਪ੍ਰੋਪਰ ਟਾਈਮ ਟੇਬਲ ਦੇ ਅਕੋਰਡਿੰਗ ਚੱਲੋ, ਅਤੇ ਤੁਹਾਨੂੰ ਜੋਬ ਮਿਲਣੀ ਮਿਲਣੀ ਹੈਗੀ ਆ। ਠੀਕ ਆ, ਬਾਕੀ ਆਪਾਂ ਗੱਲ ਕਰਦੇ ਹੀ ਰਹਾਂਗੇ। ਅੱਜ ਬਸ ਇੰਨਾ ਹੀ ਸੀਗਾ ਜਿਹੜਾ ਮੈਨੂੰ ਸਟੂਡੈਂਟ ਪੁੱਛ ਰਹੇ ਸੀਗੇ ਵੀ ਕਿਤੇ ਇਹ ਨਾ ਹੋਵੇ ਸਾਡੀ ਵਾਰੀ ਇੱਥੇ ਭੀੜ ਪੈ ਜਾਵੇ ਅਤੇ ਸਾਡਾ ਸਕੋਪ ਖਤਮ ਹੋਵੇ। ਸਕੋਪ ਬੈਸਟ ਬੰਦਿਆਂ ਦਾ ਸਕੋਪ ਰਹਿਣਾ ਹੀ ਰਹਿਣਾ ਹੈਗਾ। ਠੀਕ ਆ, ਜਿਹੜੇ ਬੰਦੇ ਬੈਸਟ ਆ ਉਹਨੂੰ ਜੋਬ ਮਿਲਣੀ ਮਿਲਣੀ ਆ, ਜਿਹੜੇ ਵਿੱਚ ਵਿਚਾਲੇ ਆ ਉਹ ਭੱਜਣੇ ਆ। ਠੀਕ ਆ, ਉਹ ਨਿਕਲ ਜਾਣੇ, ਉਹਨੂੰ ਜੋਬ ਨਹੀਂ ਮਿਲਣੀ ਕਦੇ ਵੀ, ਜਿਹੜੇ ਨਾ ਤਾਂ ਇੱਧਰ ਹੀ ਆ ਰਹੇ ਆ। ਠੀਕ ਆ, ਨਾ ਤਾਂ ਲੈਣ ਛੱਡ ਹੀ ਰਹੇ ਆ ਅਤੇ ਨਾ ਥੋੜ੍ਹਾ ਬਹੁਤਾ ਕਰੀ ਜਾਂਦੇ ਵੀ ਚੱਲ ਕੋਈ ਨਹੀਂ, ਜਦੋਂ ਪੋਸਟਾਂ ਵੀ ਕਰ ਲਾਂਗੇ ਤਿਆਰੀ ਉਦੋਂ ਨਹੀਂ ਤਿਆਰੀ ਹੋਣੀ। ਉਹ ਤਾਂ ਜੋਬ ਲੱਗਣ ਵਾਲੇ ਲਈ ਬੈਠੇ ਹੋਏ ਆ, ਮਿਹਨਤੀ ਹੈਗੀ, ਟੋਪਰ 'ਤੇ ਬੈਠੇ, ਜੋਬ ਤਾਂ ਉਹਨੂੰ ਮਿਲ ਜਾਣੀ ਆ। ਠੀਕ ਆ, ਪਿਛਲੇ ਰਿਜ਼ਲਟ ਵੇਖ ਲਓ ਕੀ ਬਣਿਆ ਹੈਗਾ, ਉਹਨਾਂ ਵਿੱਚ ਵੀ ਤੁਹਾਨੂੰ ਪਤਾ ਹੀ ਹੈਗੀ ਮੈਰਿਟ ਕਿੱਥੇ ਗਈ ਆ ਅਤੇ ਹੁਣ ਕਾਫੀ ਗੈਪ ਹੈਗਾ, ਹੁਣ ਮੈਰਿਟ ਕਿੱਥੇ ਜਾਊਗੀ। ਠੀਕ ਹੈ, ਉਸ ਹਿਸਾਬ ਨਾਲ ਆਪਦੀ ਤਿਆਰੀ ਕਰਦੇ ਰਹੋ। ਕੱਲ੍ਹ ਇੱਕ ਮੈਂ ਵੀਡੀਓ ਪਹਿਲਾਂ ਅਪਲੋਡ ਕੀਤੀ ਸੀ ਬੁੱਕਸ ਵਾਲੀ, ਉਹ ਬੁੱਕਸ ਆਪਣੀ ਕਵਰ ਕਰ ਲਓ ਸਾਰੀਆਂ। ਠੀਕ ਆ, ਪਹਿਲਾਂ ਅਤੇ ਆਪਦਾ ਪਰਫੈਕਟ ਹੋ ਜਾਓ। ਜਿਹੜਾ ਬੈਸਟ ਹੈਗਾ ਪਰਫੈਕਟ ਹੈਗਾ, ਜਿਹਨੂੰ ਸਾਰੇ ਸਪੈਲਿੰਗ ਦਾ ਪਤਾ ਹੈਗਾ, ਟਾਈਪਿੰਗ 'ਚ ਪਰਫੈਕਟ ਹੈਗਾ, ਸ਼ੋਰਟਹੈਂਡ ਦੀ ਰਾਈਟਿੰਗ ਜਿਹੜੀ ਉਹਦੀ ਵਧੀਆ ਹੈਗੀ, ਆਊਟਲਾਈਨ ਵਧੀਆ ਹੈਗੀ ਆ, ਉਹਨੂੰ ਜੋਬ ਮਿਲਣੀ ਮਿਲਣੀ ਆ, ਉਹਨੂੰ ਕੋਈ ਰੋਕ ਹੀ ਨਹੀਂ ਸਕਦਾ। ਠੀਕ ਆ, ਇਸ ਕਰਕੇ ਟੈਨਸ਼ਨ ਲੈਣ ਦੀ ਲੋੜ ਨਹੀਂ, ਸਕੋਪ ਕਦੇ ਵੀ ਨਹੀਂ ਖਤਮ ਹੋਣਾ। ਠੀਕ ਆ, ਜਿਹੜੇ ਪੰਜਾਬੀ ਵਿੱਚ ਚੰਗਾ ਐਕਸਪਰਟ ਹੋ ਚੁੱਕੇ, ਜੇ ਤੁਹਾਨੂੰ ਲੱਗਦਾ ਟਾਈਮ ਹੈਗਾ ਅਤੇ ਨਾਲ ਇੰਗਲਿਸ਼ ਤੁਸੀਂ ਕਰ ਸਕਦੇ, ਜਿਹੜੇ ਇੰਗਲਿਸ਼ ਕਰੀ ਬੰਦੇ ਆ ਇੰਗਲਿਸ਼ 'ਚ ਚੰਗੇ ਐਕਸਪਰਟ ਹੈਗੇ ਉਹ ਪੰਜਾਬੀ ਕਰ ਸਕਦੇ ਆ, ਜੂਨੀਅਰ ਸਕੇਲ ਦੀ ਤਿਆਰੀ ਕਰ ਸਕਦੇ ਉਹ। ਠੀਕ ਆ, ਇਹ ਥੋੜ੍ਹੀ ਵੇਟ ਕਰ ਰਹੇ ਹਾਂ ਆਪਾਂ, ਪੋਸਟਾਂ ਆਉਣ ਵਾਲੀਆਂ ਹੈਗੀਆਂ, ਤਿਆਰੀ ਤੁਸੀਂ ਰੱਖਣੀ ਆ। ਪਰ ਜੇ ਤੁਹਾਨੂੰ ਲੱਗਦਾ ਵੀ ਹੁਣ ਉੱਧਰ ਕੁਛ ਕਰਨ ਨੂੰ ਨਹੀਂ ਹੈਗਾ, ਤੁਸੀਂ ਨਿਬੇੜੀ ਬੈਠੇ ਹੋ, ਤੁਸੀਂ ਪਰਫੈਕਟ ਹੈਗੇ, ਤੁਹਾਡੀ ਗਲਤੀ ਜੀਰੋ ਸਿਸਟਮ ਆ ਰਹੀ ਹੈ, 400 ਵਰਡ ਦਾ ਪਹਿਲਾਂ ਲਿਖਦੇ ਹੋ ਤੁਸੀਂ 15 ਮਿੰਟਾਂ 'ਚ ਟਾਈਪ ਕਰ ਰਹੇ ਹੋ ਕੰਪਿਊਟਰ 'ਤੇ, ਜੀਰੋ ਗਲਤੀ ਆ ਰਹੀ ਆ, ਇਦੋਂ ਅੱਗੇ ਤਾਂ ਜਾਣਾ ਹੀ ਨਹੀਂ ਹੈ, ਜੀਰੋ 'ਤੇ ਰਹਿਣਾ ਆਪਾਂ। ਠੀਕ ਆ, ਸਪੀਡ ਆਪਣੀ ਟਾਈਪਿੰਗ ਦੀ ਵੀ ਆ ਰਹੀ ਹੈ, ਆਪਾਂ ਉਹ 15 ਮਿੰਟਾਂ 'ਚ ਬਾਰਾਂ ਟਾਈਪ ਕਰ ਲੈਂਦੇ ਹਾਂ, ਕੋਈ ਸਰਕਾਰ ਨੇ 20 ਮਿੰਟ ਦੇਣੇ ਆ ਆਪਾਂ ਨੂੰ, ਆਪਾਂ ਕਰਨਾ 15 'ਚ, 2.5 ਮਿੰਟ ਦਾ, 2.5 ਮਿੰਟ ਪਹਿਲਾਂ, 2.5 ਮਿੰਟ ਬਾਅਦ ਵੀ ਤੁਹਾਨੂੰ ਮੈਂ ਪਹਿਲਾਂ ਵੀਡੀਓ ਵਿੱਚ ਦੱਸਿਆ ਸੀਗਾ ਆਪਾਂ ਨੂੰ 2.5 ਮਿੰਟ ਦੋਨਾਂ ਪਾਸੇ ਚਾਹੀਦਾ ਹੈਗਾ ਪੇਜ ਨੂੰ ਪੜ੍ਹਨ ਵਾਸਤੇ। ਕੰਪਲੀਟ ਹੋਣ ਤੋਂ ਬਾਅਦ ਵੀ ਪੜ੍ਹਨਾ ਆਪਾਂ ਕੀ ਬਣਿਆ, ਅਤੇ ਪੇਜ ਸਟਾਰਟ ਕਰਨ ਤੋਂ ਪਹਿਲਾਂ ਵੀ ਪੜ੍ਹਨਾ ਵੀ ਕੁਛ ਰਹਿ ਗਿਆ ਤਾਂ ਉਹਨੂੰ ਆਪਾਂ ਐਡ ਕਰਨਾ ਹੁੰਦਾ। ਇਸ ਕਰਕੇ ਤੁਸੀਂ 15 ਮਿੰਟ ਜੋ ਪਹਿਰਾ 400 ਵਰਡ ਦਾ ਜੀਰੋ ਗਲਤੀ ਨਾਲ ਸ਼ੋਰਟਹੈਂਡ ਵੇਖ ਕੇ ਟਾਈਪ ਕਰਦੇ ਪਏ ਹੋ, ਜੇ ਉੱਥੇ ਪਹੁੰਚ ਗਏ ਆ ਫਿਰ ਤੁਸੀਂ ਨਾਲ ਜੇ ਪੰਜਾਬੀ ਕਰ ਰਹੇ ਇੰਗਲਿਸ਼ ਸਟਾਰਟ ਕਰ ਦਿਓ, ਜੇ ਇੰਗਲਿਸ਼ ਕਰ ਰਹੇ ਹੋ ਤਾਂ ਪੰਜਾਬੀ ਸਟਾਰਟ ਕਰ ਲਓ, ਕਿਉਂਕਿ ਪੰਜਾਬੀ ਦੀ ਜ਼ਿਆਦਾ ਭੀੜ ਪੈ ਗਈ ਆ, ਲੋਕ ਜ਼ਿਆਦਾ ਪੰਜਾਬੀ ਹੁਣ ਜਿਹੜੇ ਆਪਣੇ ਲੋਕ ਹੈਗੇ ਆ ਵੀ ਪੰਜਾਬੀ ਸੌਖੀ ਕਰਕੇ ਹਰੇਕ ਬੰਦਾ ਪੰਜਾਬੀ ਵਿੱਚ ਵੜੀ ਜਾਂਦਾ ਆ। ਠੀਕ ਆ, ਪਰ ਜਿਹੜੀ ਜੂਨੀਅਰ ਸਕੇਲ ਦੀਆਂ ਪੋਸਟਾਂ ਆਉਂਦੀਆਂ ਇੰਗਲਿਸ਼ ਅਤੇ ਪੰਜਾਬੀ ਦੋਨਾਂ ਟੈਸਟ ਹੁੰਦਾ, 100 ਵਰਡ ਪਰ ਮਿੰਟ ਪੰਜਾਬੀ ਅਤੇ 50 ਵਰਡ ਪਰ ਮਿੰਟ ਇੰਗਲਿਸ਼ ਦਾ ਹੁੰਦਾ, ਉਹਦੇ ਵਿੱਚ ਕੰਪਟੀਸ਼ਨ ਬਹੁਤ ਘੱਟ ਹੈਗਾ। ਠੀਕ ਆ, ਉਹ ਡਰਦੇ ਮਾਰੇ ਲੋਕ ਆਪਣੇ ਇੰਗਲਿਸ਼ ਔਖੀ ਆ ਜੀ ਨਹੀਂ ਕਰਨੀ, ਇਸ ਕਰਕੇ ਉਸ ਲਾਈਨ ਦੇ ਵਿੱਚ ਨਹੀਂ ਜਾਂਦੇ। ਤੁਸੀਂ ਪਹਿਲਾ ਰਿਜ਼ਲਟ ਵੇਖ ਲਓ, 20 ਪੋਸਟ ਆਈਆਂ ਸੀ, 11 ਪੋਸਟਾਂ ਫਿਲ ਹੋਈਆਂ, ਬਾਕੀ ਖਾਲੀ ਰਹਿ ਗਈਆਂ, ਉਹਦੇ ਵਿੱਚ 32 ਗਲਤੀਆਂ ਤੱਕ ਨੰਬਰ ਆ ਗਿਆ ਲੋਕਾਂ ਦਾ, ਜੇ ਜਿਹਨੇ ਦੋਨੇ ਕੀਤੀਆਂ ਹੋਈਆਂ 32, ਜੇ 33 ਵੀ ਹੁੰਦੀਆਂ ਜੇ ਪਾਸ ਵੀ ਬੰਦਾ ਹੁੰਦਾ 32 ਨਾਲ ਤਾਂ ਵੀ ਉਹ ਜੋਬ ਲੱਗ ਜਾਣਾ ਸੀਗਾ, ਪਰ 32 'ਤੇ ਬੰਦੇ ਪੂਰੇ ਨਹੀਂ ਹੋਏ, 32 ਦੀ ਗਲਤੀ ਦੇ ਵਿੱਚ ਬੰਦੇ ਆਏ ਨਹੀਂ, ਜਿਹੜੇ 32 ਦੇ ਅੰਦਰ ਰਹਿੰਦੇ ਉਹ ਜੋਬ 'ਤੇ ਜੁਆਇਨ ਹੋਣੇ ਸੀਗੇ, ਪੋਸਟਾਂ ਗੌਰਮੈਂਟ ਨੇ ਖਾਲੀ ਕਰਤੇ, ਉਹ ਪਾਸ ਹੀ ਨਹੀਂ ਹੋਏ। ਇਸ ਕਰਕੇ ਟਾਈਮ ਤੁਹਾਨੂੰ ਲੱਗਦਾ ਹੈਗਾ, ਤੁਹਾਡੇ ਕੋਲ ਵੈਸੇ ਵੀ ਘਰ ਵੀ ਟਾਈਮ ਹੈਗਾ, 4 ਘੰਟੇ ਵੈਸੇ ਵੀ ਲਾ ਰਹੇ ਹੋ, ਪੜ੍ਹ ਹੋਰ ਕੋਈ ਕੰਮ ਹੀ ਹੈ ਨਹੀਂ ਤਾਂ ਆਪਾਂ ਇੰਗਲਿਸ਼ ਨਾਲ ਕਰ ਸਕਦੇ ਹਾਂ, ਜੂਨੀਅਰ ਸਕੇਲ ਦੀ ਜੋਬ ਲੈਣੀ ਸਟੈਨੋ ਟਾਈਪਿਸਟ ਪੰਜਾਬੀ ਨਾਲੋਂ ਸੌਖੀ ਹੋਊਗੀ। ਠੀਕ ਆ, ਕਿਉਂਕਿ ਜਿਹੜਾ 80 ਵਾਲਾ ਪੈਰਾ ਹੈਗਾ, 80 ਪੰਜਾਬੀ ਦਾ ਪੈਰਾ ਹੈਗਾ, ਉਹ ਡਿਕਟੇਸ਼ਨ ਬੋਲਣੀ ਜੇ ਟਫ ਵਰਡ ਵੀ ਹੋਏ ਨਾ 80 ਸਪੀਡ 'ਤੇ ਆਪਾਂ ਪੈਰਾ ਬੋਲ ਸਕਦੇ ਹਾਂ, ਪਰ ਜਿਹੜਾ 100 ਵਰਡ ਪਰ ਮਿੰਟ ਪੰਜਾਬੀ ਵਾਲਾ ਪੈਰਾ ਬੋਲਣਾ ਉਹ ਟਫ ਹੋਣ ਕਰਕੇ ਹਮੇਸ਼ਾ ਗੌਰਮੈਂਟ ਕੀ ਕਰਦੀ ਆ, ਜਦੋਂ 80 ਵਾਲਾ ਪੈਰਾ ਹੈਗਾ ਆ ਉਹ ਟਫ ਬੋਲਿਆ ਜਾਂਦਾ ਆ, ਜਿਹੜਾ 100 ਵਾਲਾ ਉਹਨੇ ਆਪ ਪੜ੍ਹ ਕੇ ਬੋਲਣਾ ਨਾ, ਇਸ ਕਰਕੇ ਉਹਨਾਂ ਕੋਲ ਪੈਰਾ ਉਹ ਈਜ਼ੀ ਹੁੰਦਾ, ਵੀ ਉਹਨੂੰ ਪੜ੍ਹਨ 'ਚ ਵੀ ਪ੍ਰੋਬਲਮ ਨਾ, 100 ਦੀ ਸਪੀਡ 'ਤੇ ਬੋਲਣਾ ਕਿਹੜਾ ਸੌਖਾ ਹੋਇਆ, ਪੜ੍ਹਨਾ ਅਤੇ ਬੋਲਣਾ ਹੈਗਾ, ਇਸ ਕਰਕੇ ਉਹ ਥੋੜ੍ਹਾ ਈਜ਼ੀ ਹੁੰਦਾ ਆ। ਠੀਕ ਆ, 50 ਦੀ ਸਪੀਡ ਤਾਂ ਹੁੰਦੀ ਕੁਛ ਨਹੀਂ ਹੈਗੀ, ਉਹ 'ਚ ਜੇ ਤੁਸੀਂ ਫਸਟ ਬੁੱਕ ਵੀ ਕਰ ਲੈਂਦੇ ਜਾਂ ਸੈਕਿੰਡ ਬੁੱਕ ਕਰ ਲੈਂਦੇ ਇੰਗਲਿਸ਼ ਦੀ, ਤਾਂ ਵੀ ਉਹ ਇੰਗਲਿਸ਼ ਦਾ ਪੇਪਰ ਪਾਸ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ, ਇਸ ਕਰਕੇ ਤੁਸੀਂ ਇੰਗਲਿਸ਼ ਨਾਲ ਕਰ ਸਕਦੇ ਹੋ। ਅਤੇ 80 ਵਾਸਤੇ ਕੰਪਟੀਸ਼ਨ ਬਹੁਤ ਹੋਊਗਾ, ਉਹ ਤੁਹਾਨੂੰ ਪਤਾ ਹੀ ਹੈਗਾ, ਸਾਰੀ ਦੋਨੇ ਤੁਹਾਡੇ ਨਾਲ ਦੇ ਜਿਹੜੇ ਕਰ ਲਏ ਆ, ਕਰ ਰਹੇ ਆ, ਸਾਡੇ ਕੋਲ ਕਰ ਰਹੇ, ਸਾਨੂੰ ਪਤਾ ਹੀ ਕਿੰਨੇ ਸਾਡੇ ਸਟੂਡੈਂਟ ਪੰਜਾਬੀ ਵਾਲੇ ਆ ਰਹੇ, ਕਿੰਨੇ ਇੰਗਲਿਸ਼ ਵਾਲੇ ਆ ਰਹੇ ਆ। ਠੀਕ ਆ, ਅਤੇ ਜਿਹੜੇ ਇਕੱਲੀ ਇੰਗਲਿਸ਼ ਦਾ ਕੰਪਟੀਸ਼ਨ ਤੁਹਾਨੂੰ ਪਤਾ ਹੀ ਆ, ਪੰਜਾਬ ਅਤੇ ਹਰਿਆਣਾ ਹਾਈਕੋਰਟ ਆਪਣਾ ਇਕੱਠਾ ਆ, ਉੱਧਰ ਕੰਪਟੀਸ਼ਨ ਹੈਗਾ ਹੀ ਹੈਗਾ ਆ, ਉਹ ਪੋਸਟਾਂ ਨਿਕਲਦੀਆਂ ਇੰਡੀਆ ਲੈਵਲ 'ਤੇ ਹੈਗੀਆਂ, ਅਤੇ ਪੰਜਾਬ 'ਚ ਜੋਬ ਲੈਣੀ ਤਾਂ ਪੰਜਾਬੀ ਹੈ,
ਠੀਕ ਆ। ਬਾਕੀ ਤੁਹਾਡੇ ਨਾਲ ਅਸੀਂ ਹੈਗੇ ਆਪਣਾ ਵਟਸਐਪ ਗਰੁੱਪ ਚੱਲਦੇ ਪਏ ਦੋਨੋਂ ਇੰਗਲਿਸ਼ ਪੰਜਾਬੀ ਦੇ, ਉਹ ਤੁਸੀਂ ਜੁਆਇਨ ਕਰਨੇ ਹੈਗੇ ਆ। ਡਿਸਕ੍ਰਿਪਸ਼ਨ ਦੇ ਵਿੱਚ ਮੈਂ ਬੁੱਕਸ ਦੇ ਲਿੰਕ ਦਿੱਤੇ ਉਹ ਲੈਣੇ ਆ। ਪਲੇ ਲਿਸਟ ਵਿੱਚ ਆਪਣੀਆਂ ਸਾਰੀਆਂ ਬੁੱਕਸ ਜੋ ਡਿਕਟੇਸ਼ਨ ਅਸੀਂ ਆਪਦੇ ਸਟੂਡੈਂਟਸ ਨੂੰ ਇੱਥੇ ਲਿਖਾਉਂਦੇ ਹਾਂ ਉਹੀ ਮੈਂ ਵਟਸਐਪ 'ਤੇ ਸੈਂਡ ਕਰਦਾ, ਉਹੀ ਅਸੀਂ ਅਪਲੋਡ ਕਰਦੇ ਹਾਂ। ਠੀਕ ਆ, ਡੇਲੀ ਜੋ ਨਵਾਂ ਮੈਟਰ ਆਊਗਾ ਉਹ ਅਸੀਂ ਅਪਲੋਡ ਕਰਦੇ ਰਹਾਂਗੇ। ਬਟ ਠੀਕ ਆ, ਇਸ ਵੀਡੀਓ ਨੂੰ ਕਾਹਨ ਕਾਹ ਸ਼ੇਅਰ ਕਰੋ ਆਪਣੇ ਜਿਹੜੇ ਇਸ ਲਿੰਕ ਨਾਲ, ਇਸ ਲਾਈਨ ਨਾਲ ਜੁੜੇ ਹੋਏ ਬੰਦੇ ਹੈਗੇ ਆ, ਉਹਨਾਂ ਨੂੰ ਵੀਡੀਓ ਸਾਡੀਆਂ ਸੁਣਾਇਆ ਕਰੋ ਕੀ ਗੱਲਬਾਤ ਹੋ ਰਹੀ ਆ। ਆਪਦੇ ਕਮੈਂਟ ਦਿਆ ਕਰੋ ਵੀ ਅਸੀਂ ਗਲਤ ਬੋਲ ਰਹੇ ਹਾਂ, ਸਹੀ ਬੋਲ ਰਹੇ ਹਾਂ। ਸਾਨੂੰ ਵੀ ਪਤਾ ਲੱਗਦਾ ਵੀ ਸਾਨੂੰ ਕੋਈ ਸੁਣਨ ਵਾਲਾ ਹੈਗਾ ਜਾਂ ਜਿਹਦੇ ਵਾਸਤੇ ਵੀਡੀਓ ਬਣਾ ਰਹੇ ਹਾਂ ਵੀ ਉਹਨਾਂ ਤੱਕ ਪਹੁੰਚ ਰਹੀ ਆ। ਮੈਨੂੰ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਆ ਵੀ ਮੈਂ ਦੇਖ ਸਕਾਂ ਵੀ ਕਿੰਨੇ ਕੁ ਲੋਕ ਇਸ ਲਾਈਨ ਦੇ ਵਿੱਚ ਹੈਗੇ। ਅਸੀਂ ਆਪਦੇ ਇੰਸਟੀਟਿਊਟ ਦੇ ਵਿੱਚ ਜਿਵੇਂ ਫਰੀਦਕੋਟ ਵਿੱਚ ਅਸੀਂ ਕਰਵਾ ਰਹੇ ਹਾਂ, ਇੱਥੇ ਕਿਵੇਂ ਕੰਪਟੀਸ਼ਨ ਆ, ਕਿਵੇਂ ਸੈਂਟਰ ਪੜ੍ਹਾ ਰਹੇ, ਅਸੀਂ ਪੜ੍ਹਾ ਰਹੇ ਹਾਂ, ਕਿੰਨੇ ਸਟੂਡੈਂਟ ਆ ਰਹੇ ਸਾਨੂੰ ਪਤਾ ਹੈਗਾ। ਪੰਜਾਬ ਲੈਵਲ 'ਤੇ ਕੀ ਚੱਲਦਾ ਪਿਆ ਹੈਗਾ, ਲੋਕ ਕਿਵੇਂ ਪੜ੍ਹਾ ਰਹੇ ਆ, ਕੀ ਸਟੂਡੈਂਟ ਕਰ ਰਹੇ ਆ, ਉਹ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਡੇ ਸੈਂਟਰ ਵਿੱਚ ਕਿਵੇਂ ਪੜ੍ਹਾਇਆ ਜਾ ਰਿਹਾ ਹੈ, ਕੀ ਤੁਹਾਨੂੰ ਚਾਹੀਦਾ ਹੈਗਾ, ਕਿਸ ਚੀਜ਼ ਦੀ ਪ੍ਰੋਬਲਮ ਆ ਰਹੀ ਆ, ਉਹ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਬਟ ਠੀਕ ਆ, ਅੱਜ ਵਾਸਤੇ ਇੰਨਾ ਹੀ ਆ। ਠੀਕ ਹੈ ਜੀ, ਧੰਨਵਾਦ ਜੀ।